ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਨਿਜੋਲ ਸਾਹਿਬ ਅ ਵੈਰੀ ਵੈਰੀ ਗੁੱਡ ਮਾਰਨਿੰਗ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਅਰਸ਼, ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਜੀ ਪ੍ਰੋਗਰਾਮ 'ਚ। ਕੀ ਹਾਲ ਚਾਲ, ਠੀਕ ਠਾਕ? ਹਾਂਜੀ, ਦੇਖੋ ਜੀ, ਵੀ 100 ਹੋਵੇ ਅਕਵੀਂ ਜ਼ਬਾਨ ਦਿਨ ਸਾਲ ਦਾ, ਤੇ ਆਪਾਂ ਪੰਜਾਬ 'ਚ ਗੱਲ ਸੁਣਦੇ ਹੁੰਦੇ ਸੀਗੇ ਜੀ ਵੀ ਸੂਰਜ ਸਦਾ ਪੂਰਬ ਵਿੱਚੋਂ ਨਿਕਲਦਾ। ਡੈਡ ਨੂੰ ਤੁਹਾਡੇ ਨੂੰ ਪਤਾ, ਸਦਾ ਪੂਰਬ ਵਿੱਚੋਂ ਨਿਕਲਦਾ ਤੇ ਸਦਾ ਪੱਛਮ ਵਿੱਚ ਡੁੱਬਦਾ। ਹੁਣ ਕੋਈ ਭੈਣ ਭਰਾ ਇੱਥੇ ਉੱਠ ਕੇ ਓਨਟੈਰੀਓ 'ਚ ਕਹਿ ਲਓ, ਟੋਰੋਂਟੋ 'ਚ, ਬ੍ਰੈਂਪਟਨ 'ਚ ਦੇਖੇ ਸੂਰਜ ਕਿੱਥੋਂ ਨਿਕਲਦਾ, ਜਾਣੀ ਕਿ ਵੀ ਇਹ ਹੁਣ ਦਿਵਸ ਰਾਤ ਤੋਂ ਇਹ ਦਾਈਦਾ ਆ ਵੀ ਕਿੱਡੀ ਕੁ ਵੱਡੀ ਇਹ ਖੇਡ ਆ, ਵੀ ਇਹ ਡਿਪੈਂਡ ਕਰਦਾ ਵੀ ਤੁਸੀਂ ਧਰਤੀ ਦੇ ਕਿਸ ਕੋਨੇ ਤੇ ਆ। ਵੀ ਜ਼ਰੂਰੀ ਨੀ ਹਰ ਕੋਨੇ ਤੇ ਸੂਰਜ ਪੂਰਬ ਵਿੱਚੋਂ ਹੀ ਨਿਕਲਣਾ। ਇਹਨਾਂ ਦਿਨਾਂ ਦੇ ਵਿੱਚ ਜਦੋਂ ਕਿ ਦਿਨ ਤੁਹਾਨੂੰ ਪਤਾ ਵੀ ਲੰਬੇ ਹੋ ਰਹੇ ਆ, ਦਸੰਬਰ ਤੋਂ ਲਗਾਤਾਰਤਾ ਦੇ ਨਾਲ ਡੇਲੀ ਬੇਸਿਸ ਤੇ ਇਹ ਜੂਨ ਦੇ ਤੀਸਰੇ ਹਫ਼ਤੇ ਤੱਕ ਪ੍ਰੋਸੈਸ ਜਾਰੀ ਵੀ ਰਹਿਣਾ ਕੁਦਰਤ ਦਾ ਜੀ। ਉਹਦੇ ਵਿੱਚ ਜੇ ਤੁਸੀਂ ਹੁਣ ਕੱਲ ਨੂੰ ਸਵੇਰ ਨੂੰ ਵੀ ਉੱਠ ਕੇ ਦੇਖ ਲਓ ਕਿ ਸੂਰਜ ਕੀ ਪੂਰਬ ਵਿੱਚੋਂ ਨਿਕਲਿਆ ਕਿ ਜਾਂ ਨੌਰਥ ਵਿੱਚੋਂ ਨਿਕਲਿਆ, ਹੈ ਜੀ। ਸੋ ਸੂਰਜ ਨੇ ਇੱਕ ਲੰਬਾ ਗੇੜਾ ਗਰਮ ਰੁੱਤ ਦੇ ਵਿੱਚ, ਜਿਹੜਾ ਕਹਿ ਲਓ ਵੀ ਧਰਤੀ ਨੇ ਇਹ ਇਸ ਹਿੱਸੇ ਦੇ ਵਿੱਚ ਇਸ ਤਰ੍ਹਾਂ ਟਿਲਟ ਹੋ ਜਾਂਦੀ ਆ ਵੀ ਜਿਹੜਾ ਪੂਰਾ ਕਰਨਾ ਹੁੰਦਾ ਸੂਰਜ ਦੇ ਦੁਆਲੇ, ਤੇ ਸਾਡੇ ਤੇ ਫਿਰ ਜਾਣੀ ਇਸ ਏਰੀਆ ਦੇ ਵਿੱਚ ਕਹਿ ਲਓ ਜਿਉਂ ਜਿਉਂ ਹੁਣ ਗਾਂ ਨੌਰਥ ਨੂੰ ਜਾਈ ਜਾਵਾਂ ਕਿ ਦਿਨ ਵੱਡੇ ਹੋਈ ਜਾਂਦੇ ਆ ਜੀ, ਤੇ ਉਹਦੇ ਦੌਰਾਨ ਫਿਰ ਇਹ ਆ ਜੀ ਵੀ ਸੂਰਜ ਦੇ ਨਿਕਲਣ ਦੀ ਦਿਸ਼ਾ ਵੀ ਥੋੜੀ ਥੋੜੀ ਬਦਲੀ ਜਾਂਦੀ ਆ। ਬਿਲਕੁਲ ਬਿਲਕੁਲ ਜੀ, ਬਿਲਕੁਲ। ਸੋ ਜਿਹੜੇ ਲੋਕ ਫਾਰਮਾਂ ਤੇ ਰਹਿੰਦੇ ਨੇ ਉਹਨਾਂ ਨੂੰ ਮਤਲਬ ਜ਼ਿਆਦਾ ਓਪਰਚੁਨਿਟੀ ਮਿਲ ਸਕਦੀ ਆ ਸੂਰਜ ਨਿਕਲਦਾ ਤੇ ਛਿਪਦਾ ਦੇਖਣ ਲਈ। ਤੇ ਇਹ ਜ਼ਰੂਰ ਕਿਤੇ ਸਵੇਰ ਨੂੰ ਗੌਰ ਕਰੋ ਵੀ ਇਹ ਭਾਈ ਪੂਰਬ ਚੋਂ ਨਿਕਲਿਆ ਜਾਂ ਕਿੱਥੋਂ ਨਿਕਲਿਆ, ਹਾਂਜੀ। ਸੋ ਇਸ ਕਰਕੇ ਇਹ ਆ ਜੀ ਵੀ ਦਿਨ ਲੰਬੇ ਹੋਣ ਦਾ ਸਿਲਸਿਲਾ ਰਹੂਗਾ ਜਾਰੀ। ਅੱਜ ਜਿਹੜਾ ਸਾਡੇ ਇੱਥੇ ਸਾਊਦਰਨ ਇੰਟੈਰੀਓ ਦੇ ਵਿੱਚ ਖਾਸ ਤੌਰ ਤੇ ਜੀ ਵੀ ਇਹ 2022 ਦਾ ਇੱਕ ਤੇ ਵਿਸ਼ੇਸ਼ਤਾ ਇਹਦੀ ਇਹ ਆ ਜੀ ਵੀ ਇਹ 5ਵੇਂ ਮਹੀਨੇ ਦਾ ਆਖਰੀ ਦਿਨ ਹੈ, 31 ਮਈ ਹੈ। ਦੂਸਰਾ ਇਹ ਆ ਜੀ ਵੀ ਹੋ ਸਕਦਾ ਹੁਣ ਤੱਕ ਇਹ ਜਾਣੀ ਪਿਛਲੇ ਜਿਹੜੇ 150 ਦਿਨ ਬੀਤੇ ਆ ਉਹਨਾਂ ਦੇ ਮੁਕਾਬਲੇ ਸਭ ਤੋਂ ਵੱਧ ਟੈਂਪਰੇਚਰ ਵਾਲਾ ਗਰਮ ਜਾਣੀ ਦਿਨ ਮਹਿਸੂਸ ਹੋਵੇ, ਹੈ ਨਾ। ਕੀ ਬਾਤ, ਇੱਥੋਂ ਤੱਕ ਹੀ ਨਹੀਂ ਜਾਣ ਕੇ ਜਿਹੜੇ ਪਿਛਲੇ ਰੈਕਰਡ ਆ ਉਹ ਵੀ ਬ੍ਰੇਕ ਹੋ ਸਕਦੇ ਆ ਜਿਹੜੇ 80ਵਿਆਂ ਦੇ ਵਿੱਚ 90ਵਿਆਂ ਦੇ ਵਿੱਚ ਬਣਦੇ ਰਹੇ ਆ। ਓ ਵਾਓ, ਹਾਂਜੀ। ਅੱਜ ਸੋ ਇਹ ਜਦੋਂ ਕਿਹਾ ਜਾਂਦਾ ਨਾ ਵੀ ਪਿਛਲਾ ਰੈਕਰਡ 1931 ਚ ਸੀਗਾ ਜੀ, 1987 ਚ ਸੀਗਾ ਜੀ, ਤੇ ਫੇਰ ਥੋੜਾ ਜਿਹਾ ਇਹ ਮਤਲਬ ਕਲਿੱਕ ਕਰਨਾ ਚਾਹੀਦਾ ਹਰ ਇੱਕ ਦਿਮਾਗ ਦੇ ਵਿੱਚ ਵੀ ਜਿਹੜਾ ਅਸੀਂ ਕਹਿੰਦੇ ਵਾਤਾਵਰਨ ਚੇਂਜ ਹੋ ਰਿਹਾ, ਗਰਮੀ ਵੱਧ ਰਹੀ ਆ, ਵੀ ਜੇ ਇੰਨੀ ਗਰਮੀ 30 ਸਾਲ ਪਹਿਲਾਂ ਵੀ ਪਈ ਆ ਤੇ ਫਿਰ ਅੱਜ ਕਿੱਦਾਂ ਇਹ ਵਧੀ ਹੋਈ, ਹੈ ਨਾ। ਸੋ ਇਹ ਲੱਗਦਾ ਸੀ ਵੀ ਵੈਦਰ ਦੀ ਵੀ ਕੋਈ ਨਾ ਕੋਈ ਸ਼ਿਫਟ ਆ, ਜਿਹੜਾ ਇਹ ਦਿਵਸ ਰਾਤ ਦੋਈ ਦਾਇਆ ਦੀ ਖੇਡ ਦੇ ਮੁਤਾਬਕ ਧਰਤੀ ਦੇ ਵਿੱਚ ਹੀ ਕੋਈ ਖੇਡ ਆ ਇਹ ਸੂਰਜ ਦੇ ਦੁਆਲੇ ਚੱਕਰ ਦੇਣ ਦੀ, ਤੇ ਆਪਣੇ ਅੰਦਰ ਜਿਹੜੀ ਇਹਦੀ ਗਰਮੀ ਆ ਵੀ ਉਹ ਕਿਤੇ ਨਾ ਕਿਤੇ ਸ਼ਿਫਟ ਹੁੰਦੀ ਰਹਿੰਦੀ, ਨੌਰਥ ਟੂ ਸਾਊਥ, ਸਾਊਥ ਟੂ ਨੌਰਥ, ਦਿਸ਼ਾਵਾਂ, ਹੈ ਨਾ, ਜਿਹਦੇ ਚੱਕਰ ਕੀਤੀ ਜਾਂਦੀ ਆ। ਬਿਲਕੁਲ। ਸੋ ਇਹ ਕੋਈ ਸ਼ਿਫਟ ਐਸੀ ਆ ਕਿ ਇਸ ਵੇਲੇ ਜ਼ਿਆਦਾ ਜਿਹੜਾ ਗਰਮਾ ਉਹ ਆਪਾਂ ਇਸ ਨੌਰਥ ਪੋਲ ਦੇ ਏਰੀਆ ਚ ਮਹਿਸੂਸ ਕਰਨ ਲੱਗ ਪਏ ਆ ਜੀ। ਪਰ ਕੁੱਲ ਮਿਲਾ ਕੇ ਵੈਸੇ ਤਪਸ਼ ਜਿਹੜੀ ਆ ਉਹ ਇੰਡੀਆ ਦੇ ਵਿੱਚ ਵੀ ਘੱਟ ਨਹੀਂ, ਪਿਛਲੇ ਦਿਨੀ 50°C ਦੇ ਆਸ ਪਾਸ ਜਿਹੜਾ ਟੈਂਪਰੇਚਰ ਉੱਥੇ ਵੀ ਨੌਰਥ ਇੰਡੀਆ ਦੇ ਵਿੱਚ ਇਨਕਲੂਡਿੰਗ ਪੰਜਾਬ ਜਿਹੜਾ ਲੋਕਾਂ ਨੇ ਮਹਿਸੂਸ ਕੀਤਾ ਜੀ। ਕੁੱਲ ਮਿਲਾ ਕੇ ਇਹ ਜਿਹੜੀ ਸਪੈਸ਼ਲ ਵੈਦਰ ਐਡਵਾਈਜ਼ਰੀ ਆ ਅਰਸ਼, ਇਹ ਬ੍ਰੈਂਪਟਨ, ਮਿਸਿਸਾਗਾ, ਕੈਲੇਡਨ ਦੇ ਲੋਕਾਂ ਵਾਸਤੇ ਵੀ ਇਸ਼ੂ ਹੋਈ ਹੋਈ ਹੈ, ਅੱਜ ਦੇ ਦਿਨ ਵਾਸਤੇ ਸਪੈਸ਼ਲ ਹੋਈ ਹੋਈ ਹੈ। ਉਹਦੇ ਵਿੱਚ ਇਹ ਕਿਹਾ ਗਿਆ ਵੀ ਉਹੀ ਜੋ ਹਰ ਸਾਲ ਜਦੋਂ ਗਰਮੀ ਵੱਧਦੀ ਹੈ ਤੇ ਸੀਨੀਅਰ ਤੇ ਬੱਚੇ ਜਿਹੜੇ ਆ ਉਹ ਆਪਣਾ ਖਿਆਲ ਰੱਖਣ ਜੀ, ਛਾਂ ਵਾਲੀ ਥਾਂ ਤੇ ਰਹਿਣ ਜੀ, ਨਹੀਂ ਲੋੜ ਤੇ ਘਰੋਂ ਬਾਹਰ ਨਾ ਜਾਇਆ ਜਾਵੇ ਜੀ। ਦੂਸਰਾ ਇਹ ਆ ਵੀ ਜਿਹੜੀ ਕਸਰਤ ਆ ਆਪਣੀ ਐਕਸਰਸਾਈਜ਼ ਆ ਉਹ ਜ਼ਿਆਦਾ ਸਾਹ ਚੜਨ ਵਾਲਾ ਜਾਣੀ ਕੰਮ ਨਾ ਕੀਤਾ ਜਾਵੇ, ਕਹਿਣ ਦਾ ਮਤਲਬ ਇਹ ਆ ਕਿ ਜਦੋਂ ਇਸ ਤਰ੍ਹਾਂ ਦਾ ਹੁੰਮ ਵਾਲਾ ਵੈਦਰ ਹੁੰਦਾ ਤੇ ਉਸ ਵੇਲੇ ਜਿਹੜਾ ਸਾਹ ਲੈਣ ਦੇ ਵਿੱਚ ਸਾਹ ਦੇ ਰੋਗ ਵਾਲੇ ਲੋਕਾਂ ਨੂੰ ਸਪੈਸ਼ਲੀ ਟ੍ਰਬਲ ਆ ਸਕਦੀ ਆ ਜੀ, ਜਿਹਦੇ ਕਰਕੇ ਵੀ ਇਹ ਖਾਸ ਤੌਰ ਤੇ ਜਿਹੜੀ ਜ਼ਿਆਦਾ ਐਕਸਰਸਾਈਜ਼ ਆ ਮਤਲਬ ਹਾਰਟ ਤੇ ਦਿਲ ਤੇ ਜ਼ਿਆਦਾ ਬੋਝ ਨਹੀਂ ਪਾਉਣਾ। ਇਹਦੇ ਨਾਲ ਹੀ ਜਾਣੀ ਬਜ਼ੁਰਗ ਜਾਂ ਖਾਸ ਤੌਰ ਤੇ ਜਿਹੜੇ ਇਕੱਲੇ ਲੋਕ ਰਹਿੰਦੇ ਨੇ ਹਜੇ ਇਕੱਲੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦਾ ਹਾਲ ਚਾਲ ਵੀ ਪੁੱਛਣਾ ਵੀ ਭਾਈ ਤੁਸੀਂ ਠੀਕ ਠਾਕ ਹੋ। ਤੇ ਦੂਸਰਾ ਇਹ ਆ ਵੀ ਪਾਣੀ ਧਾਣੀ ਜਿਹੜਾ ਜੀ ਵੀ ਪਾਣੀ ਇਹ ਜਿਹੜਾ ਆਪਾਂ ਮਿੱਠੇ ਪੀਣ ਦਾ ਕਲਚਰ ਰੱਖਿਆ ਹੋਇਆ ਨਾ ਉਹ ਨਹੀਂ ਪੀਣਾ ਜੀ,
ਉਹ ਮਿੱਠਾ ਪਾਣੀ ਲੱਗਦਾ ਤੇ ਮਿੱਠਾ ਪਰ ਹੈ ਉਹ ਮਿੱਠਾ ਜ਼ਹਿਰ ਹੀ ਹੁੰਦਾ ਜਿਹਦਾ ਕਿ ਪਤਾ ਕਈ ਵਾਰੀ 20-25 ਸਾਲਾਂ 30 ਸਾਲਾਂ ਬਾਅਦ ਲੱਗਦਾ ਵੀ ਵਾਕਿਆ ਇਹ ਚੀਜ਼ਾਂ ਨੁਕਸਾਨਦੇਹ ਆ ਜੋ ਅੰਦਰ ਪਾਇਆ ਉਹੀ ਬਾਹਰ ਪ੍ਰਗਟ ਹੁੰਦਾ ਹਨਾ ਸੋ ਅੰਦਰ ਜਿਹੜਾ ਜੇ ਤੁਸੀਂ ਸਾਦਾ ਪਾਣੀ ਪਾਓ ਜੋ ਕਿ ਰਿਕਮੈਂਡਡ ਹੈ ਤੇ ਇੱਥੇ ਬ੍ਰੈਂਪਟਨ ਮਿਸਿਸਾਗਾ ਦੇ ਵਿੱਚ ਇਹ ਵੀ ਆ ਵੀ ਜਿਹੜਾ ਟੂਟੀ ਦੇ ਵਿੱਚ ਪਾਣੀ ਆਉਂਦਾ ਇਹ ਪੀਣ ਵਾਸਤੇ ਸੂਟੇਬਲ ਆ ਹੈਲਦੀ ਆ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਕਿਸੇ ਡਾਕਟਰ ਨੂੰ ਪੁੱਛ ਲਓ ਪੀ ਲਰੀਜਨ ਵਾਲਿਆਂ ਨੂੰ ਪੁੱਛ ਲਓ ਤੁਹਾਨੂੰ ਤਰ੍ਹਾਂ ਤਰ੍ਹਾਂ ਦੀਆਂ ਸਲਾਹਾਂ ਦੇਣ ਵਾਲੇ ਆਉਂਦੇ ਆ ਸੇਲਸਮੈਨ ਜੀ ਵੀ ਵਾਟਰ ਪਿਊਰੀਫਾਈ ਲੈ ਆਓ ਤੇ ਤੁਹਾਡਾ ਜਿਹੜਾ ਜੀ ਪਾਣੀ ਆ ਬੜਾ ਹੈਵੀ ਹੈ ਹਨਾ ਇਹਨੂੰ ਗਾਂਹ ਤੋਂ ਗਾਂਹ ਹੋਰ ਟ੍ਰੀਟ ਕਰਨ ਦੀ ਲੋੜ ਆ ਤੁਹਾਡੇ ਕੋਲ ਰੈਂਟ ਲੈਣਾ ਸ਼ੁਰੂ ਕਰ ਦਿੰਦੇ ਆਪਣੀ ਮਸ਼ੀਨ ਦੀ ਲਾ ਕੇ ਉਹਦੀ ਲੋੜ ਨਹੀਂ ਕਹਿੰਦੇ ਨੇ ਜੋ ਪਾਣੀ ਇਸ ਵੇਲੇ ਸਪਲਾਈ ਕੀਤਾ ਜਾ ਰਿਹਾ ਇਹ ਪੀਣ ਯੋਗ ਹੈ ਸੋ ਸਾਦਾ ਪਾਣੀ ਪੀਣਾ ਇਹ ਬੱਤਿਆਂ ਦੀ ਬਾਕੀ ਕੋਲਿਆਂ ਦੀ ਜਾਂ ਫੈਂਟਿਆਂ ਦੀ ਉਹ ਨਹੀਂ ਮਤਲਬ ਸੁਜੈਸਟ ਕੀਤਾ ਜਾਂਦਾ ਕਿਉਂਕਿ ਉਹ ਮਿੱਠਾ ਹੋ ਜਾਂਦਾ ਜਾਂ ਬਾਕੀ ਸਭ ਕੁਛ ਤੁਹਾਨੂੰ ਪਤਾ ਹੀ ਹੈ ਸਾਦਾ ਪਾਣੀ ਜਿਹੜਾ ਪੀਣ ਵਾਲੇ ਪਾਸੇ ਨੂੰ ਖਿਆਲ ਰੱਖਣਾ ਹੈ ਦੋ ਹਜ਼ਾਰ ਅਠਾਰਾਂ ਦੇ ਵਿੱਚ 15 ਤੋਂ 15 ਹਜ਼ਾਰ ਇਨ ਵੋਟ ਬਾਈ ਮੇਲ ਆਈਆਂ ਸੀ ਜੀ ਜਿਹੜੇ ਓਪਟ ਕੀਤੀਆਂ ਸੀ ਇਸ ਵਾਰ 1,26,000 ਵੋਟਰਾਂ ਨੇ ਓਪਟ ਕੀਤਾ ਹੈ ਟੂ ਵੋਟ ਬਾਈ ਮੇਲ ਬਿਲਕੁਲ ਅਰਸ਼ ਇਸ ਤਰ੍ਹਾਂ ਵੀ ਆਪਾਂ ਦੱਸ ਰਹੇ ਸੀ 4 ਮਈ ਤੋਂ ਪਹਿਲਾਂ ਵੀ ਦੱਸ ਰਹੇ ਸੀ ਉਸ ਤੋਂ ਬਾਅਦ ਚ ਵੀ ਦੱਸਿਆ ਬਾਰ ਬਾਰ ਵੀ ਆਨਲਾਈਨ ਜਿਹੜਾ ਪੋਰਟਲ ਹੈ ਇਲੈਕਸ਼ਨ ਓਨਟਾਰੀਓ ਨੇ ਖੋਲ ਦਿੱਤਾ ਉਹਦੇ ਤੇ 27 ਮਈ ਤੱਕ ਰਜਿਸਟਰ ਹੋਇਆ ਜਾ ਸਕਦਾ ਸੀਗਾ ਵੀ ਜਿਹੜਾ ਨੇ ਡਾਕ ਦੇ ਰਾਹੀਂ ਬੈਲਟ ਮੰਗਵਾਉਣਾ ਆ ਤੇ ਬੈਲਟ ਮੁਕਵਾ ਕੇ ਡਾਕ ਦੇ ਰਾਹੀਂ ਹੀ ਵੋਟ ਪਾ ਕੇ ਬੈਲਟ ਵਾਪਸ ਭੇਜਣਾ ਇਹਦੇ ਵਿੱਚ ਇਹ ਹੁੰਦਾ ਜਦੋਂ ਇਲੈਕਸ਼ਨ ਦੀ ਕੰਪੇਨ ਆਫੀਸ਼ੀਅਲੀ ਸ਼ੁਰੂ ਹੋ ਜਾਵੇ ਉਹਦੇ ਤੋਂ ਪਹਿਲਾਂ ਹੀ ਜਾਣੀ ਕਿ ਵੀ ਇਹ ਭਾਵੇਂ ਇਲੈਕਸ਼ਨ ਓਨਟਾਰੀਓ ਹੋਣ ਭਾਵੇਂ ਇਲੈਕਸ਼ਨ ਕੈਨੇਡਾ ਹੋਵੇ ਜਿਹੜੀ ਵੀ ਇਲੈਕਸ਼ਨ ਹੋਵੇ ਭਾਵ ਵੀ ਜੇ ਸਿਟੀ ਦੀ ਇਲੈਕਸ਼ਨ ਆ ਤੇ ਫਿਰ ਸਿਟੀ ਬ੍ਰੈਂਪਟਨ ਟੋਰੋਂਟੋ ਬਾਕੀ ਸਾਰੇ ਸਿਟੀਜ਼ ਵਾਲੇ ਉਹਨਾਂ ਦੇ ਜਿਹੜੇ ਜਾਣੀ ਕਿ ਇਲੈਕਸ਼ਨ ਅਫੀਸ਼ੀਅਲ ਜਿਹਨਾਂ ਨੇ ਇਲੈਕਸ਼ਨ ਕਰਾਉਣੀ ਹੁੰਦੀ ਆ ਉਹ ਤਿਆਰੀ ਆਰੰਭ ਦਿੰਦੇ ਆ ਤੇ ਫਿਰ ਇਹ ਤਿਆਰੀਆਂ ਦੇ ਵਿੱਚੋਂ ਤਿਆਰੀ ਇਹ ਵੀ ਸੀਗੀ ਕਿ ਜਿਹੜੇ ਲੋਕ ਕੋਵਿਡ ਕਰਕੇ ਚਾਹੁਣ ਵੀ ਅਸੀਂ ਕੰਫਰਟੇਬਲ ਨਹੀਂ ਫੀਲ ਕਰ ਰਹੇ ਆ ਜਾ ਕੇ ਪੋਲਿੰਗ ਸਟੇਸ਼ਨ ਦੇ ਵਿੱਚ ਇਨ ਪਰਸਨ ਵੋਟ ਪਾਉਣ ਦੇ ਲਈ ਤੇ ਸਾਨੂੰ ਤੇ ਜੀ ਘਰੇ ਹੀ ਭੇਜ ਦਿਓ ਬੈਲਟ ਪੇਪਰ ਤੇ ਫਿਰ ਪਾ ਦਿਆਂਗੇ ਵੋਟ ਜੀ ਉਹਦੇ ਵਿੱਚ ਇੱਕ ਕੰਸਰਨ ਕਈ ਵੈਸੇ ਲੋਕਾਂ ਦਾ ਇਹ ਵੀ ਸੀਗਾ ਵੀ ਜੇ ਡਾਕ ਰਾਹੀਂ ਹੁਣ ਤੁਹਾਨੂੰ ਪਤਾ ਵੀ ਪਰਿਵਾਰਾਂ ਦੇ ਵਿੱਚ ਲੋਕ ਤਾਂ ਇੱਕ ਦੂਜੇ ਦੇ ਸਾਈਨ ਵੀ ਆਪੇ ਹੀ ਕਰੀ ਜਾਂਦੇ ਆ ਨਾ ਘਰ ਵਾਲੀ ਦੇ ਸਾਈਨ ਘਰ ਵਾਲੇ ਨੇ ਕਰਤੇ ਘਰ ਵਾਲੇ ਦੇ ਸਾਈਨ ਘਰ ਵਾਲੀ ਨੇ ਕਰਤੇ ਜਾਂ ਇਸ ਤਰ੍ਹਾਂ ਵੀ ਪੁੱਛਿਆ ਨਹੀਂ ਜਾਂਦਾ ਬਜ਼ੁਰਗਾਂ ਨੂੰ ਖਾਸ ਤੌਰ ਤੇ ਹਾਂਜੀ ਵੀ ਉਹਨਾਂ ਨੂੰ ਪੜ੍ਹਨਾ ਲਿਖਣਾ ਨਹੀਂ ਆਉਂਦਾ ਵੀ ਕਿਸੇ ਦਾ ਬੈਲਟ ਪੇਪਰ ਕੋਈ ਡਾਕ ਰਾਹੀਂ ਮੰਗਵਾ ਕੇ ਆਨਲਾਈਨ ਤੇ ਰਿਕੁਐਸਟ ਕਰਕੇ ਤੇ ਉਹਦੀ ਜਗ੍ਹਾ ਤੇ ਵੋਟ ਜਾਣੀ ਆਪੇ ਹੀ ਪਾ ਦੇਵੇ ਚੁੱਪ ਕਰਕੇ ਤੇ ਉਹ ਵੋਟਰ ਨੂੰ ਪਤਾ ਵੀ ਨਾ ਹੋਵੇ ਖਾਸ ਤੌਰ ਤੇ ਬਜ਼ੁਰਗਾਂ ਨੂੰ ਕਿ ਸਾਡੀ ਵੋਟ ਪੈ ਵੀ ਗਈ ਆ ਡਾਕ ਰਾਹੀਂ ਮੰਗਵਾ ਕੇ ਬੈਲਟ ਪੇਪਰ ਸੋ ਇਸ ਤਰ੍ਹਾਂ ਦੀ ਜਿਹੜੀ ਫਰਾਜੂਲੈਂਟ ਐਕਟੀਵਿਟੀ ਆ ਜਾਣੀ ਇਹ ਹੋਣ ਦਾ ਕੰਸਰਨ ਤਾਂ ਸੀਗਾ ਬਟ ਸਟਿਲ ਜਾਣੀ ਕਿ ਇਹ ਆਪਸ਼ਨ ਜਿਹੜੀ ਆ ਜੀ ਵੀ ਲੋਕਾਂ ਨੂੰ ਭੈਣ ਭਰਾਵਾਂ ਨੂੰ ਦਿੱਤੀ ਗਈ ਸੀ ਵੀ ਬੈਲਟ ਤੁਸੀਂ ਆਪਣਾ ਆਨਲਾਈਨ ਰਿਕੁਐਸਟ ਕਰਨਾ ਤੇ ਉਹ ਜਿਹੜੀ ਰਿਕੁਐਸਟ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਜੀ ਇਸ ਵਾਰ 1,26,000 ਦੇ ਕਰੀਬ ਓਨਟਾਰੀਓ ਵੋਟਰਸ ਨੇ ਕੀਤੀ ਆ ਅੱਛਾ ਹੁਣ ਇਹ ਜਾਣੀ ਕਿ ਤੁਸੀਂ ਦੇਖੋ ਵੀ ਅੱਜ ਤੋਂ 4 ਸਾਲ ਪਹਿਲਾਂ ਇਹ ਰਿਕੁਐਸਟ ਮਸੀਂ ਇਸ ਅੰਕੜੇ ਤੋਂ 10-12% ਹੀ ਸੀਗੀ ਜਾਣੀ ਕਿ 80% ਤੋਂ ਵੀ ਵੱਧ ਦਾ ਜਿਹੜਾ ਉਛਾਲ ਆ ਆਪਣੇ ਆਪ ਦੇ ਵਿੱਚ ਇਹ ਕਮਾਲ ਦਾ ਆ ਇਹ ਹੁਣ ਡਿਪੈਂਡ ਕਰੂਗਾ ਵੀ ਕਿਹੜੀ ਕਿਹੜੀ ਰਾਈਡਿੰਗ ਦੇ ਵਿੱਚ ਕਿੰਨਾ ਕਿੰਨਾ ਇਹ ਮੇਲ ਇਨ ਵੋਟ ਜਿਹੜਾ ਹਨਾ ਤੇ ਜੇ ਘੱਟ ਮਾਰਜਨ ਦੇ ਨਾਲ ਡਿਸਾਈਡ ਹੋਣੀਆਂ ਤੇ ਜੇ ਕੁਝ ਪਰਿਵਾਰ ਦੇ ਜੀਆਂ ਨੇ ਜਾਣੀ ਆਪਣੇ ਦੂਜੇ ਜੀਆਂ ਨੂੰ ਬਿਨਾਂ ਪੁੱਛਿਆ ਹੀ ਉਹਨਾਂ ਦਾ ਬੈਲਟ ਇੱਦਾਂ ਆਨਲਾਈਨ ਰਿਕੁਐਸਟ ਕਰਕੇ ਮੰਗਵਾ ਕੇ ਭੇਜ ਦਿੱਤਾ ਤੇ ਜਾਣੀ ਉਹ ਫਰਾਡ ਕਿੰਨਾ ਕੁ ਹੋ ਸਕਦਾ ਜੀ ਕੁੱਲ ਮਿਲਾ ਕੇ ਜਾਣੀ ਕਿ ਇਹ ਆ ਜੀ ਵੀ 2018 ਦੀ ਇਲੈਕਸ਼ਨ ਦੇ ਵਿੱਚ ਜਿਹੜਾ ਇਹ ਮੇਲ ਇਨ ਬੈਲਟ ਸੀਗਾ ਜਸਟ 15,000 ਦੇ ਕਰੀਬ ਆਸ ਪਾਸ ਲੋਕਾਂ ਨੇ ਇਹ ਰਿਕੁਐਸਟ ਕੀਤਾ ਸੀ ਤੇ ਇਸ ਵਾਰ ਇਹ 1,26,000 ਦੇ ਕਰੀਬ ਆ ਇਹ ਜਿਹੜਾ ਮੇਲ ਇਨ ਬੈਲਟ ਰਿਕੁਐਸਟ ਕੀਤਾ ਇਹ ਇਲੈਕਸ਼ਨ ਡੇ ਵਾਲੇ ਦਿਨ ਜਿਹੜਾ ਥਰਸਡੇ ਨੂੰ ਆ 2 ਜੂਨ ਨੂੰ ਵੀ ਉਦਣ ਸ਼ਾਮ ਦੇ 6 ਵਜੇ ਤੱਕ ਇਹ ਉਹ ਬੈਲਟ ਪੇਪਰ ਦੇ ਨਾਲ ਸਾਰਾ ਲਿਖਿਆ ਹੋਇਆ ਵੀ ਕਿੱਥੇ ਪਹੁੰਚਾਉਣਾ ਆ ਡਾਕ ਦੇ ਰਹੇ ਤੇ ਉੱਥੇ ਪਹੁੰਚ ਜਾਣਾ ਚਾਹੀਦਾ ਆ ਹਨਾ ਜਿਹੜਾ ਨਹੀਂ ਪਹੁੰਚੂ ਉਸ ਸਮੇਂ ਤੱਕ ਫਿਰ ਉਹ ਵੋਟ ਜਿਹੜੀ ਆ ਉਹ ਨਹੀਂ ਗਿਣੀ ਜਾਊਗੀ
ਉਸ ਲਿਹਾਜ਼ ਨਾਲ ਇਹ ਆ ਜੀ ਵੀ ਆਪਾਂ ਦੇਖਿਆ ਐਡਵਾਂਸ ਪੋਲਿੰਗ ਵੀ ਜਿਹੜੀ ਚੱਲੀ ਆ ਅਰਸ਼ ਭਈ ਇਹ 19 ਮਈ ਤੋਂ ਲੈ ਕੇ 29 ਮਈ ਤੱਕ ਉਹਦੇ ਵਿੱਚ ਵੀ ਦਸਾਂ ਦਿਨਾਂ ਦੇ ਵਿੱਚ ਜਾਣੀ ਕਿ ਵੋਟਾਂ ਜਿਹੜੀਆਂ ਆਲਮੋਸਟ 1 ਮਿਲੀਅਨ ਦੇ ਆਸ ਪਾਸ ਪੈ ਗਈਆਂ ਮਤਲਬ 9.9% ਵੋਟਰਸ ਦਾ ਜਿਹੜੇ ਉਹਨਾਂ ਨੇ ਐਡਵਾਂਸ ਦੇ ਵਿੱਚ ਵੋਟਾਂ ਪਾਤੀਆਂ ਜਦਕਿ 2018 ਦੇ ਵਿੱਚ ਇਹੀ ਅੰਕੜਾ ਜਿਹੜਾ 6.8% ਸੀਗਾ ਸੋ ਕਹਿ ਲਓ ਵੀ 6.7% ਤੇ ਇਹਦੇ ਵਿੱਚ ਫਿਰ ਇਹ ਆ ਜੀ ਵੀ ਇਹ ਨਹੀਂ ਸਮਝਿਆ ਜਾਣਾ ਚਾਹੀਦਾ ਵੀ ਵੋਟਾਂ ਬਹੁਤ ਜ਼ਿਆਦੀਆਂ ਪੈ ਗਈਆਂ ਜੀ ਐਡਵਾਂਸ ਦੇ ਵਿੱਚ ਕਿਉਂਕਿ ਇਸ ਵਾਰ ਦਿਨ ਦੁੱਗਣੇ ਸੀਗੇ ਜੀ ਪਿਛਲੀ ਵਾਰੀ 5 ਦਿਨ ਸੀਗੇ ਇਸ ਵਾਰ ਜਾਣੀ ਕਿ ਜਿਹੜੇ ਜੀ ਪੀ ਉਹ ਐਡਵਾਂਸ ਪੋਲ ਦੇ 10 ਦਿਨ ਸੀਗੇ ਲੋਕਾਂ ਕੋਲ ਭਾਵ ਕੇ ਜ਼ਿਆਦਾ ਓਪਰਚੁਨਿਟੀ ਸੀਗੀ ਵੋਟਾਂ ਪਾਉਣ ਦੀ ਜੀ ਹੁਣ ਇਹ ਡਿਪੈਂਡ ਕਰੂਗਾ ਵੀ ਇਲੈਕਸ਼ਨ ਵਾਲੇ ਦਿਨ ਦਾ ਅੰਕੜਾ ਕੀ ਰਹਿੰਦਾ ਵੀ ਇਹ ਪਿਛਲੇ ਸਾਲਾਂ ਦੇ ਮੁਕਾਬਲੇ ਪਿਛਲੀਆਂ ਇਲੈਕਸ਼ਨ ਦੇ ਮੁਕਾਬਲੇ ਵੱਧ ਪੋਲਿੰਗ ਹੁੰਦੀ ਆ ਕਿ ਜਾਂ ਕਿੱਥੇ ਇੱਕ ਅੰਕੜਾ ਜਾ ਕੇ ਖੜਦਾ ਜੀ ਦੇਖਣ ਵਾਲੀ ਗੱਲ ਹੋਏਗੀ ਇਸੇ ਦੌਰਾਨ ਅਰਸ਼ ਜਿਹੜੇ ਕੈਂਡੀਡੇਟਸ ਆ ਉਹ ਹੁਣ ਅੱਜ ਦਾ ਦਿਨ ਕੱਲ੍ਹ ਦਾ ਦਿਨ ਰਾਹਾਂ ਦੇ ਵਿੱਚ ਕੰਪੇਨ ਜਿਹੜੀ ਆ ਚੱਲਣੀ ਆ ਸੜਕਾਂ ਤੇ ਵੱਧ ਤੋਂ ਵੱਧ ਉਹ ਕੋਸ਼ਿਸ਼ ਕਰ ਰਹੇ ਆ ਵੀ ਅਪਰੋਚੇਬਲ ਵੀ ਰਹੀਏ ਬਿਲਕੁਲ ਇਹਨਾਂ ਦਿਨਾਂ ਦੇ ਵਿੱਚ ਵੈਸੇ ਅਰਸ਼ ਕਮਾਲ ਦੀ ਗੱਲ ਆ ਵੀ ਭਾਵੇਂ ਉਹ MPP ਜਿਹੜੇ ਪਿਛਲੀ ਵਾਰੀ ਦੇ ਇਲੈਕਟਡ ਹੋਏ ਆ ਇਲੈਕਸ਼ਨ ਦੇ ਵਿੱਚ ਆ ਤੇ ਜਾਂ ਫਿਰ ਜਿਹੜੇ ਕੈਂਡੀਡੇਟ ਆ ਉਹਨਾਂ ਨੂੰ ਕੋਈ ਫੋਨ ਕਰੇ ਜਾਂ ਵਟਸਐਪ ਤੇ ਮੈਸੇਜ ਭੇਜੇ ਜਾਂ ਵੀ ਭੱਜ ਕੇ ਜਾਣੀ ਕਿ ਉਸੇ ਵੇਲੇ ਹੀ ਕਈ ਵਾਰੀ ਜਵਾਬ ਆ ਜਾਂਦਾ ਤੇ ਇਹ ਜਿਹੜੀ ਸਿਚੁਏਸ਼ਨ ਆ ਜਿੱਦਣ ਫਿਰ ਵੋਟਾਂ ਪੈ ਜਾਂਦੀਆਂ ਉਹ ਕਾਫੀ ਚੇਂਜ ਹੋ ਜਾਂਦੀ ਹੁੰਦੀ ਆਮ ਤੌਰ ਤੇ ਬਿਲਕੁਲ ਕਿ ਜਾਂ ਤੇ ਫੋਨ ਮਤਲਬ ਚੱਕਿਆ ਹੀ ਨੀ ਗਿਆ ਬੰਦ ਆ ਜੀ ਆ ਮੇਰਾ ਸੈਕਟਰੀ ਚੱਕੂ ਜੀ ਹਨਾ ਉਹ ਸੈਕਟਰੀ ਗਾਂ ਹੋਰ ਕਈ ਫਾਰਮੈਲਿਟੀਆਂ ਦੱਸੋ ਅੱਛਾ ਜੀ ਮਿਲਣਾ ਤੁਸੀਂ ਤੇ ਫਿਰ ਆਹ ਫਾਰਮ ਭਰ ਕੇ ਭੇਜੋ ਜੀ ਇਸ ਕਰਕੇ ਇਹ ਆ ਵੀ ਵੋਟਾਂ ਦੇ ਵਿੱਚ ਜਿਹੜਾ ਐਟੀਚਿਊਡ ਆ ਜਾਂ ਸੁਭਾਅ ਆ ਜਾਣੀ ਬੜਾ ਨਰਮ ਤੇ ਸਤਿਕਾਰ ਵਾਲਾ ਬਣਾ ਕੇ ਰੱਖਿਆ ਜਾਂਦਾ ਕਿਉਂਕਿ ਵੋਟਰ ਭਗਵਾਨ ਹੈ ਤੇ ਉਹ ਜਿਹੜਾ ਵੈਸੇ ਸੁਭਾਅ ਆ ਵੀ ਇਲੈਕਟ ਹੋਣ ਤੋਂ ਬਾਅਦ ਆਕੜ ਨਾ ਆ ਜਾਵੇ ਟੈਕਸ ਡਾਲਰ ਦੇ ਬੈਨੀਫਿਟ ਤੇ ਤਨਖਾਹ ਖਾਂਦਿਆਂ ਪੀਂਦਿਆਂ ਇਹ ਸਮਝਣ ਵਾਲੀ ਗੱਲ ਹੈ ਸੋ ਲੇਕਿਨ ਕਿ ਵੀ ਓਪਰਚੁਨਿਟੀ ਵੋਟਰਾਂ ਦੇ ਹੱਥ ਹੋਏਗੀ 2 ਜੂਨ ਨੂੰ ਜੀ ਫੈਸਲਾ ਕਰਨ ਲਈ ਲੈਂਦੇ ਜੀ ਨੈਕਸਟ ਕਾਲ ਔਨ ਦੀ ਏਅਰ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਵੀਰ ਜੀ ਜੀ ਮੇਰਾ ਕੁਐਸਚਨ ਸੀਗਾ ਜੋਹਲ ਸਾਹਿਬ ਨੂੰ ਜੀ ਆਪਣੇ ਨਾ ਮੇਰੇ ਐਡਰੈਸ ਤੇ 2 ਵੋਟਾਂ ਬਣ ਕੇ ਆਈਆਂ ਉਹ ਰਹਿੰਦਾ ਤਾਂ ਹੈ ਨੀ ਕੋਈ ਇੱਥੇ ਕਿਸੇ ਹੋਰ ਨਾਮ ਦੀਆਂ ਬਣ ਕੇ ਆਈਆਂ ਜੀ ਉਹਨਾਂ ਨੂੰ ਕੀ ਕੀਤਾ ਜਾ ਸਕਦਾ ਉਹਨਾਂ ਨੂੰ ਕਿਉਂਕਿ ਤੁਸੀਂ ਬੜੇ ਅਵੇਅਰ ਸਿਟੀਜ਼ਨ ਹੋ ਕਿਉਂਕਿ ਤੁਸੀਂ ਕੈਨੇਡੀਅਨ ਹੋ ਕੈਨੇਡੀਅਨ ਸਿਟੀਜ਼ਨ ਨਹੀਂ ਵੀ ਪਰ ਕੈਨੇਡੀਅਨ ਰੈਜ਼ੀਡੈਂਟ ਹੋ ਕੈਨੇਡਾ ਦੀ ਧਰਤੀ ਤੇ ਪੈਰ ਪਾ ਲਿਆ ਤੇ ਰਿਸਪੋਨਸੀਬਲ ਹਿਊਮਨ ਬੀਇੰਗ ਬਾਈ ਕੈਰੈਕਟਰ ਤੁਸੀਂ ਹੋ ਜੇ ਨਹੀਂ ਹੋ ਤੇ ਚਲੋ ਵੱਖਰੀ ਗੱਲ ਹੈ ਨਾ ਪਰ ਤੁਸੀਂ ਕਾਲ ਕਰ ਰਹੇ ਹੋ ਦੈਟ ਸ਼ੋਜ਼ ਸਮ ਕਾਈਂਡ ਆਫ ਕੈਰੈਕਟਰ ਸਟੈਪਸ ਹਾਂਜੀ ਥੈਂਕ ਯੂ ਸੋ ਵੈਰੀ ਮੱਚ ਇਸ ਤਰ੍ਹਾਂ ਹੈ ਵੀ ਇਹ ਆਪਾਂ ਕਈ ਵਾਰੀ ਕਹਿ ਦਿੰਦੇ ਜੀ ਮੈਨੂੰ ਕਾਰਡ ਆ ਗਿਆ ਜੀ ਲਓ ਜੀ ਇਹ ਬੜੇ ਨਿਕੰਮੇ ਆ ਜੀ ਇਹਨਾਂ ਨੇ ਮੈਨੂੰ ਭੇਜ ਦਿੱਤਾ ਮੈਂ ਤਾਂ ਐਲੀਜੀਬਲ ਵੋਟਰ ਹੀ ਨਹੀਂ ਸੀਗਾ ਉਹ ਭਾਈ ਉਹ ਇੰਨੇ ਨਿਕੰਮੇ ਨਹੀਂ ਗੇ ਪਰ ਥੋੜੇ ਬਹੁਤੇ ਚਲੋ ਹੋਣਗੇ ਵੀ ਪਰ ਉਹ ਭਰੋਸਾ ਕਰਦੇ ਆ ਕਿਤੇ ਨਾ ਕਿਤੇ ਤੁਸੀਂ ਆਪਣਾ ਜਦੋਂ ਆਪ ਸਾਰਾ ਇਮੀਗ੍ਰੇਸ਼ਨ ਦਾ ਸਟੇਟਸ ਸਿਟੀਜ਼ਨਸ਼ਿਪ ਦਾ ਕਰ ਰਹੇ ਸੀ ਪੇਪਰ ਵਰਕ ਉਹਦੇ ਵਿੱਚ ਆਪਟ ਕਰ ਲਿਆ ਸੀ ਵੀ ਇਲੈਕਸ਼ਨ ਕੈਨੇਡਾ ਇਲੈਕਸ਼ਨ ਓਨਟੈਰੀਓ ਜਿਹੜੇ ਆ ਉਹ ਮੈਨੂੰ ਕੰਟੈਕਟ ਕਰ ਸਕਦੇ ਆ ਮੈਨੂੰ ਆਪਣੀ ਇਨਫੋਰਮੇਸ਼ਨ ਭੇਜ ਸਕਦੇ ਆ ਤੇ ਮੇਰੀ ਵੋਟ ਜਿਹੜੀ ਉੱਥੇ ਤੇ ਜਦੋਂ ਤੁਸੀਂ ਉੱਥੇ ਕਰਾ ਦਿੱਤੀ ਪਰ ਤੁਸੀਂ ਸਿਟੀਜ਼ਨ ਨਹੀਂ ਸੀਗੇ ਹੋ ਸਕਦਾ ਉਹਨਾਂ ਨੇ ਤੁਹਾਡੇ ਤੇ ਭਰੋਸਾ ਕਰ ਲਿਆ ਹੋਵੇ ਭਰੋਸਾ ਕਰ ਲਿਆ ਹੋਵੇ ਉਹ ਨਿਕੰਮੇ ਨੀ ਗੇ ਭਰੋਸਾ ਕਰਦੇ ਆ ਆਪਣੇ ਸਿਟੀਜ਼ਨਸ ਤੇ ਜੋ ਇਹ ਬੋਲ ਰਹੀ ਆ ਜੋ ਇਹ ਬੋਲ ਰਿਹਾ ਸੱਚੇ ਹੀ ਹੋਣਾ ਤੇ ਕਿਰਦਾਰ ਏਦਾਂ ਸੀਗਾ ਵੀ ਲੋਕ ਫਿਰ ਸੱਚ ਹੀ ਬੋਲਦੇ ਸੀ ਉੱਥੇ ਜਾ ਕੇ ਏਦਾਂ ਨਹੀਂ ਸੀ ਕਰਦੇ ਹੇਰਾ ਫੇਰੀਆਂ ਜੋ ਹੁਣ ਅੱਜ ਕੱਲ੍ਹ ਆਪਾਂ ਆਮ ਦੇਖਦੇ ਆ ਵੀ ਚੱਲ ਰਹੀਆਂ ਰਾਈਟ ਹੁਣ ਚੱਲ ਰਹੀਆਂ ਕਰ ਰਹੀਆਂ ਤੇ ਆਪਾਂ ਘਰੋ ਘਰੀ ਤਕਰੀਬਨ ਆਪਾਂ ਨੂੰ ਪਤਾ ਹੀ ਆ ਵੀ ਕੌਣ ਕਰ ਰਿਹਾ ਕੌਣ ਨਹੀਂ ਕਰ ਰਿਹਾ ਹਰ ਇੱਕ ਆਪਣੇ ਅੰਦਰ ਝਾਤੀ ਮਾਰ ਲਵੇ ਆਪਣੇ ਆਪ ਨੂੰ ਹੀ ਸਵਾਲ ਪੁੱਛ ਕੇ ਦੇਖ ਲਵੇ ਜੀ 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 ਸੋ ਇਸ ਕਰਕੇ ਇਹ ਆ ਜੀ ਵੀ ਜੇ ਕਾਰਡ ਗਲਤ ਵੀ ਆ ਗਿਆ ਤੇ ਜਸਟ ਗਾਰਬੇਜ ਇਟ ਸਿੰਪਲ ਇਜ਼ ਦੈਟ ਗਾਰਬੇਜ ਇਟ ਜਾਂ ਵਾਪਸ ਪਾ ਦਿਓ ਡਾਕ ਦੇ ਵਿੱਚ ਵੀ ਇਹ ਗਲਤੀ ਨਾਲ ਇੱਦਾਂ ਆ ਗਿਆ ਤੇ ਅਗਲੀ ਵਾਰੀ ਨਾ ਭੇਜਣਗੇ ਫਿਰ ਉਹ ਹਨਾ ਬਿਲਕੁਲ ਪਰ ਉਹਦੇ ਬਾਵਜੂਦ ਜੇ ਤੁਸੀਂ ਸ਼ੈਤਾਨੀ ਚਲਾਕੀ ਮਾਰੋ ਸ਼ੈਤਾਨੀ ਚਲਾਕੀ ਮਾਰੋ ਕਿ ਮੈਨੂੰ ਤਾਂ ਕਾਰਡ ਆ ਗਿਆ ਦੈਟ ਮੀਨਸ ਮੈਂ ਵੋਟ ਪਾ ਸਕਦਾ ਪਰ ਵੋਟ ਪਾਉਣ ਦੀ ਕੰਡੀਸ਼ਨ ਆ ਵੀ ਤੁਸੀਂ ਸਿਟੀਜ਼ਨ ਹੋਣੇ ਚਾਹੀਦੇ ਆ ਤੁਸੀਂ 18 ਸਾਲ ਤੋਂ ਜ਼ਿਆਦਾ ਉਮਰ ਦੇ ਹੋਣੇ ਚਾਹੀਦੇ ਆ ਤੁਸੀਂ ਜਿਹੜੇ ਹਲਕੇ ਚ ਵੋਟ ਪਾਉਣੀ ਉੱਥੋਂ ਦੇ ਰੈਜ਼ੀਡੈਂਟ ਹੋਣੇ ਚਾਹੀਦੇ ਆ ਤੇ ਜੇ ਇਹ ਤਿੰਨਾਂ ਗੱਲਾਂ ਦੇ ਵਿੱਚੋਂ ਇੱਕ ਵੀ ਨੀ ਪੂਰੀ ਤੇ ਤੁਹਾਡੇ ਆਪਣੇ ਤੋਂ ਵੱਧ ਇਹ ਕਿਹਨੂੰ ਪਤਾ ਜੀ ਉਹ ਆਪਾਂ ਕਹਿ ਦਿੰਦੇ ਜੀ ਮੈਂ ਪਾਏ ਆ ਜੀ ਵੋਟ ਮੈਂ ਪਾਈ ਵੋਟ ਮੈਨੂੰ ਕਿਸੇ ਨੇ ਪੁੱਛਿਆ ਹੀ ਨੀ ਉਹ ਤੈਨੂੰ ਭਾਈ ਪੁੱਛਣਾ ਕਹਿੰਦੇ ਸੀ ਤੂੰ ਆਪਣੇ ਆਪ ਨੂੰ ਆਪੇ ਪੁੱਛ ਲੈਣਾ ਸੀ ਜੇ ਦਿਮਾਗ ਠੀਕ ਸੀਗਾ ਤੇ ਗਲਤ ਜਿਹੜੇ ਭਾਈ ਸਾਹਿਬ ਨੂੰ ਕਿਸੇ ਭੈਣ ਜੀ ਨੂੰ ਕਾਰਡ ਆਇਆ ਉਹ ਵੋਟ ਪਾਉਣ ਉਸ ਕਾਰਡ ਤੇ ਉਹੀ ਜਾਊ ਜਿਹਦਾ ਦਿਮਾਗ ਖਰਾਬ ਆ ਕੰਮ ਨਹੀਂ ਕਰਦਾ ਦਿਮਾਗ ਖਰਾਬ ਏਦਾਂ ਵੀ ਉਹਨੂੰ ਇਹ ਵੀ ਪਤਾ ਵੀ ਮੈਂ ਕੈਨੇਡੀਅਨ ਸਿਟੀਜ਼ਨ ਹੈ ਕਿ ਨਹੀਂ ਉਹਨੂੰ ਇਹ ਵੀ ਆਪਣੇ ਸਿਰ ਚ ਪਤਾ ਵੀ ਮੈਂ 18 ਸਾਲ ਦੀ ਉਮਰ ਪੂਰੀ ਕਰ ਲਈ ਕਿ ਨਹੀਂ ਆਪਣੇ ਸਿਰ ਚ ਉਹਨੂੰ ਹਰ ਵੇਲੇ ਪਤਾ ਵੀ ਮੈਂ ਰਹਿਣਾ ਕਿੱਥੇ ਆ ਮੈਂ ਰਹਿਣੀ ਕਿੱਥੇ ਆ ਜਿੱਥੇ ਵੋਟ ਪਾਉਣ ਚੱਲੀ ਆ ਉੱਥੇ ਮੈਂ ਰਹਿਣੀ ਆ
ਇਹ ਰੋਕਣਾ ਕਿਹਨੇ ਸੀਗਾ? ਤੁਹਾਡੇ ਸਿਰ ਨੇ ਤੁਹਾਨੂੰ ਆਪੇ ਹੀ ਰੋਕਣਾ ਸੀ ਜੇ ਦਿਮਾਗ ਕੰਮ ਕਰਦਾ ਤੇ। ਪਰ ਜੇ ਹੁਣ ਆਪਾਂ ਉਹ ਸੁਭਾਅ ਡੰਗਰਾਂ ਵਾਲਾ ਵੀ ਸਾਨੂੰ ਡੰਡੇ ਨਾਲ ਹੱਕਿਆ ਨੀ ਕਿਸੇ ਨੇ, ਰੋਕਿਆ ਨੀ, ਵਲਗਣ ਨੀ ਪਾਈ, ਤੇ ਫਿਰ ਆਪਾਂ ਸਵਰਗ ਦੇ ਵਿੱਚ ਰਹਿਣ ਦੇ ਕਾਬਲ ਹਾਂ ਕਿ ਨਹੀਂ? ਸੋ ਇਸ ਕਰਕੇ ਕਿਸੇ ਨੇ ਨੀ ਰੋਕਣਾ। ਜੇ ਗਲਤ ਕੋਈ ਡਾਕੂਮੈਂਟੇਸ਼ਨ ਆ ਵੀ ਗਿਆ, ਚਿੱਠੀ ਕਿਸੇ ਦੀ ਤੁਹਾਡੇ ਮੇਲ ਬਾਕਸ ਚ ਆ ਗਈ ਹੈ, ਰਿਸਪੈਕਟਫੁਲੀ ਸ਼ੋ ਸਮ ਕੰਡਕਟ, ਆਪਣੇ ਉੱਥੇ ਜਾ ਕੇ ਵਾਪਸ ਕਰਿਆ ਉਹ ਚਿੱਠੀ ਗਲਤ ਮੇਰੇ ਆ ਗਈ ਹੈ, ਇਹਨਾਂ ਦੀ ਇੱਥੇ ਭੇਜਣੀ ਭੇਜੋ, ਹੈ ਨਾ। ਮਤਲਬ ਜੇ ਕੋਈ ਤੁਹਾਨੂੰ ਗਲਤ ਡਾਕੂਮੈਂਟੇਸ਼ਨ ਆ ਗਈ ਆ, ਉਹਦਾ ਅੱਗੇ ਜੇ ਤੁਸੀਂ ਮਿਸ ਯੂਜ਼ ਕਰਦੇ ਹੋ ਤੇ ਯੂ ਆਰ ਰਿਸਪੋਨਸੀਬਲ, ਤੁਸੀਂ ਜ਼ਿੰਮੇਵਾਰ ਆ ਉਹਦੇ, ਉਹ ਡਿਪਾਰਟਮੈਂਟ ਨਹੀਂ ਜ਼ਿੰਮੇਵਾਰ, ਤੁਸੀਂ ਜ਼ਿੰਮੇਵਾਰ ਜੀ। ਕਿਉਂਕਿ ਸਿਰ ਤੁਹਾਡਾ ਚੱਲਦਾ, ਦਿਮਾਗ ਤੁਹਾਡਾ ਪਾਏਦਾਰ ਆ ਸਿਰ ਦੇ ਵਿੱਚ, ਇਹਨੂੰ ਸਾਰੀਆਂ ਗੱਲਾਂ ਦਾ ਪਤਾ ਵੀ ਮੈਂ ਕੀ ਕਰਨ ਜਾ ਰਿਹਾ, ਮੈਂ ਕੀ ਕਰਨ ਜਾ ਰਹੀ ਹਾਂ। ਹੁਣ ਜਿਹੜਾ ਬੰਦਾ ਵੋਟ ਪਾਉਣ ਵੇਲੇ ਹੋਸ਼ੋ ਹਵਾਸ ਵਿੱਚ ਹੀ ਨਹੀਂ, ਤੇ ਕੀ ਉਹ ਐਲੀਜੀਬਲ ਵੋਟਰ ਹੈ? ਹੋਸ਼ੋ ਹਵਾਸ ਦਾ ਮਤਲਬ ਜਿਹਨੂੰ ਇਹ ਨੀ ਪਤਾ ਮੈਂ ਕੈਨੇਡੀਅਨ ਸਿਟੀਜ਼ਨ ਹਾਂ ਕਿ ਨਹੀਂ, ਜਿਹਨੂੰ ਇਹ ਨੀ ਪਤਾ ਮੈਂ ਏਜ ਐਲੀਜੀਬਲ ਪੂਰੀ ਕਰ ਲਈ ਵੋਟ ਪਾਉਣ ਵਾਸਤੇ ਕਿ ਨਹੀਂ, ਜਿਹਨੂੰ ਇਹ ਨੀ ਪਤਾ ਮੈਂ ਜਿਹੜੀ ਪੋਲਿੰਗ ਸਟੇਸ਼ਨ ਤੇ ਵੋਟ ਪਾਉਣ ਗਿਆ ਵੀ ਉਸ ਰਾਈਡਿੰਗ 'ਚ ਮੈਂ ਰਹਿੰਦਾ ਕਿ ਨਹੀਂ, ਤੇ ਕਿੱਦਾਂ ਉਹਦਾ ਦਿਮਾਗ ਠੀਕ ਆ ਭਾਈ, ਕਿੱਦਾਂ ਉਹ ਐਲੀਜੀਬਲ ਵੋਟਰ ਆ ਫਿਰ? ਇਸ ਕਰਕੇ ਜੇ ਇਸ ਤਰ੍ਹਾਂ ਦੇ ਕਦਮ ਇਸ ਮੁਲਕ 'ਚ ਅਸੀਂ ਆ ਕੇ ਚੁੱਕਣੋ, ਆਪਣੀ ਤਬੀਅਤ ਨੂੰ, ਆਪਣੇ ਅੱਖੜ ਦਿਮਾਗ ਨੂੰ ਖੁਦ ਨਹੀਂ ਵਰਜਦੇ, ਤੇ ਫਿਰ ਅਸੀਂ ਸਵਰਗ ਨੂੰ ਨਰਕ ਸਿਰਜਣ ਦੇ ਭਾਗੀ ਬਣ ਰਹੇ ਹਾਂ, ਤੇ ਨਾਲੇ ਕਈ ਜਣੇ ਕੈਨੇਡਾ ਨਰਕ ਬਣਦਾ ਜਾਂਦਾ। ਜੋ ਸਾਹਿਬ ਕੁਇਕਲੀ, ਸਾਡੇ ਕੋਲ ਸਿਰਫ ਇੱਕ ਮਿੰਟ ਹੈ ਜੀ, ਆਈ ਜਸਟ ਵਾਂਟ ਟੂ ਕਲੀਅਰਫਾਈ ਕਿ ਜਿਹੜਾ ਪੀ ਐਲ ਗਾਰਬੇਜ ਐਗਜ਼ੈਂਪਸ਼ਨ ਹੈ ਜੋ ਅਨਲਿਮਿਟਿਡ ਗਾਰਬੇਜ ਐਕਸੈਪਟ ਹੋਣ ਜਾ ਰਿਹਾ ਕਰਬ ਦੇ ਉੱਤੇ, ਇਹਦੀ ਥੋੜ੍ਹੀ ਜੀ ਜਾਣਕਾਰੀ ਦੇ ਦਿਓ ਜਾਂਦੇ ਪਲੀਜ਼। ਹਾਂਜੀ ਅਰਸ਼, ਇਸ ਤਰ੍ਹਾਂ ਵੀ ਇਹ ਨਾ ਕੋਵਿਡ ਦੇ ਸਮੇਂ ਦੇ ਦੌਰਾਨ ਜਿਹੜੀ ਇਹ ਐਗਜ਼ੈਂਪਸ਼ਨ ਆ, ਵੀ ਜਾਣੀ ਇਹ ਲੋਕਾਂ ਨੂੰ ਨਹੀਂ ਓਦਾਂ ਰੈਗੂਲਰਲੀ ਦਿੱਤੀ ਜਾ ਸਕੀ ਜਿਸ ਤਰ੍ਹਾਂ ਕਿ ਵੀ ਸਾਰੇ ਸਿਟੀ 'ਚ ਦਿੰਦੇ ਆ, ਸਾਰੇ ਰੀਜਨ 'ਚ ਦਿੰਦੇ ਆ, ਤੇ ਪੀਲ ਰੀਜਨ ਦੇ ਵਿੱਚ ਵੀ ਇਹ ਟਾਈਮ ਟੂ ਟਾਈਮ ਉਹ ਜਿਹੜਾ ਬੈਗ ਨੂੰ ਟੈਗ ਲਾਉਣਾ ਪੈਂਦਾ ਵੀ ਛੋਟ ਦੇ ਦਿੰਦੇ ਵੀ ਹਾਂਜੀ ਹੁਣ ਇੰਨੀ ਤਰੀਕ ਤੋਂ ਇੰਨੀ ਤਰੀਕ ਤੱਕ ਨਾ ਲਾਇਓ, ਤੇ ਜਿੰਨਾ ਘਰ 'ਚ ਕੂੜਾ ਇਕੱਠਾ ਹੋ ਗਿਆ ਸਿੱਟ ਦਿਓ ਇੱਕ ਵਾਰੀ। ਅੱਛਾ ਉਹ ਹੁਣ ਇੱਥੇ ਬ੍ਰੈਂਪਟਨ 'ਚ, ਮਿਸਿਸਾਗਾ, ਕੈਲੇਡਨ ਦੇ ਵਿੱਚ, ਪੀਲ ਰੀਜਨ ਦੇ ਵਿੱਚ ਲੋਕਾਂ ਕੋਲ ਆਪਰਚੁਨਿਟੀ ਆ ਜੀ 13 ਜੂਨ ਤੋਂ ਲੈ ਕੇ 23 ਜੂਨ ਦੇ ਜਿਹੜੇ 10 ਦਿਨ ਹੋ ਗਏ ਵੀ ਇੱਕ ਤਾਂ ਪੂਰੀ ਛੋਟ ਆ ਵੀ ਜਿੰਨਾ ਮਰਜ਼ੀ ਕਰਬ ਤੇ ਤੁਸੀਂ ਕੂੜਾ ਰੱਖ ਦੋ, ਤੇ ਰੱਖਣਾ ਉਦਣ ਜਿੱਦਣ ਤੁਹਾਡਾ ਕੂੜਾ ਰੱਖਣ ਦਾ ਕੈਲੰਡਰ ਤੇ ਉੱਤੇ ਦਿਨ ਹੈ ਜਿੱਦਣ ਤੁਹਾਡੀ ਵਾਰੀ ਹੈ। ਓਕੇ, ਲਾਈਕ ਐਸ ਇਨ ਜਸ ਗਾਰਬੇਜ, ਲਾਈਕ ਲੋਹਾ ਵੀ, ਲੱਕੜ ਵੀ, ਸਾਰਾ ਕੁਝ ਰੱਖ ਸਕਦੇ ਕਿ ਓਨਲੀ ਗਾਰਬੇਜ? ਜੋ ਵੀ ਕੁਆਲੀਫਾਈਡ ਗਾਰਬੇਜ ਹੈ ਪਰ ਰੀਸਾਈਕਲੇਬਲ ਜਿਹੜੀ ਉਹ ਤੁਸੀਂ ਉੱਥੇ ਗਾਰਬੇਜ ਵਿੱਚ ਨਹੀਂ ਰੱਖ ਸਕਦੇ ਹੈ ਨਾ ਪ੍ਰੋਡਕਟ, ਉਹ ਤਾਂ ਨਹੀਂ ਰੱਖਣੀ ਹੈ, ਪਰ ਜਿਹੜਾ ਐਲੀਜੀਬਲ ਗਾਰਬੇਜ ਆ ਉਹ ਤੁਸੀਂ ਜਿੰਨਾ ਮਰਜ਼ੀ ਰੱਖ ਸਕਦੇ ਹੋ। ਜਿਹੜੀ ਆਈਟਮ ਤੁਹਾਨੂੰ ਜਾਣੀ ਕਿ ਰੀਸਾਈਕਲਿੰਗ ਸੈਂਟਰ ਦੇ ਵਿੱਚ ਲੈ ਜਾ ਕੇ ਰੱਖਣੀ ਚਾਹੀਦੀ ਉਹ ਤਾਂ ਉਦਾਂ ਹੀ ਰੱਖੋਗੇ, ਉਹ ਫਿਰ ਨਹੀਂ ਚੁੱਕ ਕੇ ਲਿਜਾਣਗੇ। ਸੋ ਇੱਕ ਤੇ 13 ਤੋਂ ਲੈ ਕੇ 23 ਤੱਕ ਬੈਗ ਤੇ ਇਹ ਕੋਈ ਵੀ ਟੈਗ ਲਾਉਣ ਦੀ ਲੋੜ ਨਹੀਂ, ਪਰ ਬੈਗ ਜਿਹੜਾ ਇੰਨਾ ਕੁ ਰੱਖਣਾ ਵੀ ਉਹ ਜੇ ਤੁਸੀਂ ਕਰਬ ਤੇ ਰੱਖ ਦਿੱਤਾ ਤੇ ਉਹਨੂੰ ਚੁੱਕ ਕੇ ਕਿਸੇ ਨੇ ਟਰੱਕ ਵਿੱਚ ਵੀ ਸਿੱਟਣਾ, ਉਹਦੀ ਰੀੜ੍ਹ ਦੀ ਹੱਡੀ ਇੰਨੀ ਕੁ ਜਾਨ ਹੋਣੀ ਵੀ ਉਹ ਲਿਮਿਟਡ ਵੇਟ ਚੁੱਕ ਸਕਦੀ ਹੋਣੀ ਹੈ, ਤੇ 20 ਕਿਲੋ ਤੋਂ ਉਹਨਾਂ ਦਾ ਕਹਿਣ ਦਾ ਮਤਲਬ ਬੈਗ ਤੁਹਾਡਾ ਭਾਰਾ ਨਹੀਂ ਹੋਣਾ ਚਾਹੀਦਾ ਜੀ। ਇਹ ਨੀ ਗਾ ਉੱਥੇ ਕੁਇੰਟਲ ਭਰ ਕੇ ਰੱਖ ਦਿਓ ਹਨਾ ਜੀ, ਵੀ ਜਿੰਨਾ ਮਰਜ਼ੀ ਰੱਖ ਸਕਦੇ ਹਾਂ, ਇੱਕ ਬੈਗ ਦਾ ਭਾਰ, ਬੈਗ ਜਿੰਨੇ ਮਰਜ਼ੀ ਰੱਖੋ, ਇੱਕ ਬੈਗ ਦਾ ਭਾਰ 20 ਕਿਲੋ ਤੋਂ ਵੱਧ ਨਾ ਹੋਵੇ, ਤੇ ਦੂਸਰਾ ਇਹ ਆ ਵੀ ਉਹ ਥੋੜਾ ਜਿਹਾ 1 ਮੀਟਰ ਤੋਂ ਜਾਣੀ ਛੋਟਾ ਹੀ ਹੋਣਾ ਚਾਹੀਦਾ, 90 ਸੈਂਟੀਮੀਟਰ ਵੱਧ ਤੋਂ ਵੱਧ ਚੌੜਾ, ਜ਼ਿਆਦਾ ਨਹੀਂ, ਕੋਈ ਪੰਡਾਂ ਦੀਆਂ ਪੰਡਾਂ ਬੰਨ ਕੇ ਰੱਖ ਦਿਓ ਜੀ, ਜਿਹੜੀਆਂ ਉਹਨਾਂ ਕੋਲ ਮਤਲਬ ਸਾਂਭੀਆਂ ਹੀ ਨਾ ਜਾਣ। ਸੋ ਉਸ ਤਰੀਕੇ ਦੇ ਨਾਲ ਇਹ ਸਾਰਾ ਉਹਨਾਂ ਨੇ ਮੈਜਰਮੈਂਟ ਜਿਹੜੀ ਆ ਉਹ ਵੈਸੇ ਘਰਾਂ ਦੇ ਵਿੱਚ ਭੇਜੀ ਹੋਈ ਵੀ ਹੁੰਦੀ ਆ, ਲੋਕ ਉਹਨੂੰ ਰਿਵਿਊ ਕਰਦੇ ਆ, ਭੈਣ ਭਰਾ ਜਿਹੜੇ ਰਿਸਪੋਨਸੀਬਲ ਸਿਟੀਜ਼ਨ ਆ ਜੀ, ਜਿਨ੍ਹਾਂ ਨੇ ਜਾਣੀ ਸਿਰਾਂ 'ਚ ਉੱਦਾਂ ਹੀ ਰੱਖਿਆ, ਮੈਨੂੰ ਪਤਾ ਨਹੀਂ ਲੱਗਾ, ਮੈਨੂੰ ਦੱਸਿਆ ਨਹੀਂ, ਅੱਛਾ ਮੈਨੂੰ ਪਤਾ ਨਹੀਂ ਸੀ, ਉਹਨੂੰ ਪਤਾ ਕਰ ਲੈਣਾ ਚਾਹੀਦਾ, ਕੁਛ ਆਲ ਦੁਆਲ ਚੀਜ਼ਾਂ ਪਤਾ ਕੀਤਾ ਜਾ ਸਕਦਾ ਹੈ ਨਾ। ਬਿਲਕੁਲ। ਸੋ ਇਸ ਕਰਕੇ ਇਹ ਹੈ ਜੀ ਵੀ 13 ਜੂਨ ਤੋਂ ਲੈ ਕੇ 23 ਜੂਨ ਤੱਕ ਇਹ ਗਾਰਬੇਜ ਦੀ ਐਗਜ਼ੈਂਪਸ਼ਨ ਜਿਹੜੀ ਹੈ ਅਪੀਲ ਰੀਜਨ 'ਚ ਹੋਏਗੀ ਜੀ। 416-895-3784 ਤੁਸੀਂ ਜੋਲ ਸਾਹਿਬ ਦੇ ਨਾਲ ਗੱਲਬਾਤ ਕਰ ਸਕਦੇ ਹੋ ਡਾਇਰੈਕਟਲੀ। ਜੋਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਸ਼ੁਕਰੀਆ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।